फरीदकोट विच करीब 70 सालां दे इंतजार तो बाद मुस्लिम भाईचारे लई खुशी दी लहर आई है। एक सिख परिवार ने भाईचारक एकता दी मिसाल पैदा करदे होए मुस्लिम भाईचारे नूं ईदगाह लई 4 कनाल जमीन भेंट कर दित्ती है। नजदीक करीब 70 सालां तो मुस्लिम भाईचारा खुदा दी बंदगी लई ईदगाह दी मंग कर रहा सी। आजादी तो बाद पंजाब वक्फ बोर्ड कोल मुस्लिम भाईचारे दीआं मस्जिदां दी जमीन चली गई सी, जिन्हां नूं पंजाब वक्फ बोर्ड ने किराए ते दित्ता सी। इस ईदगाह दी जगह गुणताज सिंह बराड़ ਕੁਲਸੀ, ਜਿਸ ਨੂੰ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਕਹਿਣ ਤੇ ਗੁਣਤਾਸ਼ ਬਰਾੜ ਨੇ ਮੁਸਲਿਮ ਭਾਈਚਾਰੇ ਨੂੰ ਸੌਂਪ ਦਿੱਤਾ। ਬੇਸਿਕਲੀ ਸਾਡੇ ਕੋਲ ਬੜੇ ਸਾਲਾਂ ਤੋਂ ਵਕਫ ਬੋਰਡ ਦੀ ਜਗ੍ਹਾ ਸੀਗੀ ਜੀ। ਮੁਸਲਿਮ ਕਮਿਊਨਿਟੀ ਦੀ ਇੱਥੇ ਮੰਗ ਸੀ ਕਿ ਸਾਡੇ ਕੋਲ ਆਪਦੀ ਪ੍ਰੇਜ਼ ਲਈ ਇਕੱਠ ਕਰਨ ਲਈ ਜਗ੍ਹਾ ਹੈ ਨਹੀਂ ਸੀਗੀ ਜੀ। ਸੋ ਢਿੱਲੋਂ ਸਾਹਿਬ ਜਿਹੜੇ ਸਾਡੇ ਲਈ ਫਾਦਰ ਫਿਗਰ ਨੇ ਅਤੇ ਸਾਡੇ ਪਰਿਵਾਰ ਦਾ ਹਿੱਸਾ ਨੇ, ਇਹਨਾਂ ਨੇ ਸਾਨੂੰ ਕਿਹਾ ਕਿ ਜੀ ਇਹ ਜਗ੍ਹਾ ਦੇ ਦਿੱਤੀ ਜਾਏ ਅਤੇ ਇਹਨਾਂ ਦੇ ਇੱਕ ਵਾਰੀ ਆਖਣ 'ਤੇ ਜੀ ਅਸੀਂ ਜਗ੍ਹਾ ਦੇ ਦਿੱਤੀ ਜੀ। ਸਾਡੇ ਕੋਲ ਇਹਦੀ ਮੰਗ ਐਕਚੁਅਲੀ ਸਿਰਫ ਪਿਛਲੇ ਸਾਲ ਆਈ ਸੀਗੀ ਜੀ। ਸੋ ਇੱਕ ਲੀਗਲ ਪ੍ਰੋਸੈਸ ਅਡੋਪਟ ਕਰਨਾ ਬੜਾ ਜ਼ਰੂਰੀ ਸੀ ਜੀ। ਨਵਾਬ ਸਾਹਿਬ ਨੇ ਸਾਡੀ ਬੜੀ ਮਦਦ ਕੀਤੀ ਅਤੇ ਇਹਨਾਂ ਦੀ ਗਾਈਡੈਂਸ ਹੇਠਾਂ ਅਸੀਂ ਉਹ ਲੀਗਲ ਪ੍ਰੋਸੈਸ ਅਡੋਪਟ ਕਰਕੇ ਇਹਨਾਂ ਨੂੰ ਜਗ੍ਹਾ ਦੇ ਦਿੱਤੀ ਹੈ। ਇਹ ਜੀ ਤਕਰੀਬਨ 4 ਕਨਾਲਾਂ ਦੇ ਨੇੜੇ ਜਗ੍ਹਾ ਜੀ। ਸਮਝਦਾ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ, ਮੁਬਾਰਕ ਦਿਨ ਹੈ ਕਿ ਅੱਜ ਫਰੀਦਕੋਟ ਸ਼ਹਿਰ 'ਚ ਬਹੁਤ ਵਧੀਆ ਇੱਕ ਭਾਈਚਾਰਕ ਏਕਤਾ ਦਾ ਸੰਦੇਸ਼ ਦਿੱਤਾ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਬਰਾੜ ਪਰਿਵਾਰ ਦਾ, ਗੁਣਤਾਸ ਬਰਾੜ ਦਾ, ਸੁਹੇਲ ਬਰਾੜ ਦਾ, ਸਾਰੇ ਬਰਾੜ ਪਰਿਵਾਰ ਦਾ, ਜਿਨ੍ਹਾਂ ਨੇ ਬਹੁਤ ਹੀ ਫਰਾਕ ਦਿਲੀ ਨਾਲ ਇਹ ਪਹਿਲਕਦਮੀ ਕੀਤੀ ਹੈ। ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਲਾਲਚ ਦਾ ਜ਼ਮਾਨਾ ਅਤੇ ਜਲਦੀ ਜਿਹੜੇ ਕੋਈ ਇਨਸਾਨ ਥੋੜ੍ਹੀ ਜਿਹੀ ਜਗ੍ਹਾ ਵੀ ਕਿਸੇ ਵਾਸਤੇ ਛੱਡਦਾ ਨਹੀਂ, ਹਾਈ ਕੋਰਟਾਂ ਤੱਕ ਕੇਸ ਚੱਲਦੇ ਹੈ। ਪਰ ਬਰਾੜ ਪਰਿਵਾਰ ਨੇ ਬਹੁਤ ਵੱਡਾ ਦਿਲ ਰੱਖ ਕੇ ਇੱਕ ਫਰੀਦਕੋਟ ਵਿੱਚ ਮਿਸਾਲ ਕਾਇਮ ਕੀਤੀ ਹੈ, ਜਿਹੜੀ ਪੰਜਾਬ ਅਤੇ ਹਿੰਦੁਸਤਾਨ ਵਾਸਤੇ ਮਿਸਾਲ ਇੱਕ ਭਾਈਚਾਰਕ ਸਾਂਝ ਦੀ। ਉਧਰ ਬੰਦਗੀ ਲਈ ਥਾਂ ਮਿਲਣ ਤੇ ਮੁਸਲਿਮ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਉਹਨਾਂ ਸਿੱਖ ਪਰਿਵਾਰ ਦਾ ਵੀ ਧੰਨਵਾਦ ਕੀਤਾ ਹੈ। ਉਹ ਜਿਹੜੀ ਮੰਗ ਸੀ ਮੁਸਲਮਾਨਾਂ ਦੀ ਬਹੁਤ ਦੇਰ ਤੋਂ ਚੱਲੀ ਆਉਂਦੀ ਸੀ, 1947 ਤੋਂ ਲੈ ਕੇ ਹੁਣ ਤੱਕ ਜਿਹੜੀ ਸੀ ਉਹ 72-73 ਸਾਲਾਂ ਦਾ ਜਿਹੜਾ ਸਫ਼ਰ ਸੀਗਾ ਬਹੁਤ ਲੰਬਾ ਸੀ। ਬੜਾ ਇੰਤਜ਼ਾਰ ਕਰਨ ਤੋਂ ਬਾਅਦ ਸਾਡੇ ਜਿਹੜੇ ਇੱਥੇ ਹਰਮਨ ਪਿਆਰੇ MLA ਕੁਸ਼ਲਦੀਪ ਢਿੱਲੋਂ ਜੀ ਨੇ ਅਤੇ ਜਿਹੜੇ ਸਕੂਲ ਦੀ ਮੈਨੇਜਮੈਂਟ ਹੈ ਇਹਨਾਂ ਨੇ, ਗੁਣਤਾਸ ਬਰਾੜ ਜੀ ਹੈ ਅਤੇ ਨਾਲ ਸੁਹੇਲ ਬਰਾੜ ਜੀ ਹੈ, ਮੈਡਮ ਹਰਿੰਦਰ ਕੌਰ ਹੈ, ਇਹਨਾਂ ਨੇ ਬੜਾ ਸਹਿਯੋਗ ਦਿੱਤਾ। ਇਹਨਾਂ ਨੂੰ ਵੀ ਲੱਗਦਾ ਥਾ ਕਿ ਮੁਸਲਮਾਨ ਭਾਈਚਾਰੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਮਾਜ਼ ਪੜ੍ਹਨ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਇਹ ਜਿਹੜੀ ਵਕਫ ਬੋਰਡ ਦੀ ਜਗ੍ਹਾ ਹੈ ਇਹ ਇਹਨਾਂ ਨੂੰ ਸਮਾਈ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਮਾਜ਼ ਪੜ੍ਹਨ ਨੂੰ, ਈਦ ਦੀ ਨਮਾਜ਼ ਪੜ੍ਹਨ ਨੂੰ ਇਹਨਾਂ ਨੇ ਆਪਣੇ ਰਸਮੋ ਰਿਵਾਜ਼ ਕਰਨ ਵਾਸਤੇ ਕੋਈ ਦਿੱਕਤ ਨਾ। ਇਹ ਦੋ ਭਾਈਚਾਰਿਆਂ ਦੀ ਸਾਂਝ ਦੀ ਅਨੋਖੀ ਮਿਸਾਲ ਹੈ ਤੇ ਹੁਣ 70 ਸਾਲਾਂ ਬਾਅਦ ਮੁਸਲਿਮ ਭਾਈਚਾਰੇ ਕੋਲ ਆਪਣੀ ਈਦਗਾਹ ਹੋਵੇਗੀ। ਫਰੀਦਕੋਟ ਤੋਂ ਜਗਤਾਰ ਦੋਸਾਂਝ, ਜਗਬਾਣੀ TV।